Oh, ahí va, ahí va. Ah, venid de nuevo. Ahora echa de la junta, cuidado donde ahí. ਜਿਹੜਾ ਹਾਦਸਾ ਹੋਇਆ ਇਹ ਤੁਹਾਡੇ ਸਾਹਮਣੇ ਆ ਜੋ ਵੀ ਹੈਗਾ ਇਹੋ ਜਿਹੇ ਕਦੀ ਪੋਲ ਕਿਤੇ ਟੁੱਟੇ ਵੇਖੇ ਨਹੀਂ ਅਸੀਂ ਦੋ ਸਾਡੇ ਤਿੰਨ ਪੋਲ ਟੁੱਟ ਗਏ ਆ ਕਿਸ ਤਰ੍ਹਾਂ ਹਾਦਸਾ ਹੋਇਆ ਇਹ ਰਾਤ ਦਾ 10:30 ਟਾਈਮ ਸੀ ਸਾਨੂੰ ਵੀ ਬਾਅਦ 'ਚ ਆਣ ਕੇ ਪਤਾ ਲੱਗਾ ਜਦੋਂ ਫੋਨ ਅਫਸਰਾਂ ਨੇ ਕੀਤਾ ਵੀ ਉੱਥੇ ਬੱਤੀ ਬੰਦ ਹੋ ਗਿਆ ਅਸੀਂ ਮੌਕੇ 'ਤੇ ਆਏ ਹਾਂ ਤੁਸੀਂ ਕੀ ਕੰਮ ਕਰਦੇ ਹੋ ਇੱਥੇ ਲਾਈਨਮੈਨ ਲੱਗਾ ਜੀ ਲਾਈਨਮੈਨ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਹਾਂਜੀ ਇਹ ਦੇਖੋ ਜੀ ਸਾਡਾ ਕਾਫੀ ਨੁਕਸਾਨ ਹੋਇਆ ਟ੍ਰਾਂਸਫਾਰਮਰ ਸਾਡਾ ਤਿੰਨ ਪੋਲ ਸਾਰੀਆਂ ਉੱਪਰੋਂ ਤਾਰਾਂ ਪਰਲੀ ਸਾਈਡ ਤੋਂ ਸਾਰੀਆਂ ਟੁੱਟੀਆਂ 11 KV ਦੀਆਂ ਬੰਦੇ ਦਾ ਬਚਾਅ ਹੋ ਗਿਆ ਕੋਈ ਹਾਂਜੀ ਬੰਦਿਆਂ ਦਾ ਬਚਾਅ ਆ ਜੀ ਜਦੋਂ ਅਸੀਂ ਆਏ ਤਾਂ ਬੰਦਾ ਉੱਥੇ ਕੋਈ ਨਹੀਂ ਆ ਬੰਦਿਆਂ ਦਾ ਬਚਾਅ ਹੀ ਆ ਕੱਲ੍ਹ ਆਪਾਂ 10:30 ਦੇ ਟਾਈਮ 'ਤੇ ਜਾ ਰਹੇ ਸੀਗੇ ਸ਼ਿਵਮ ਢਾਬੇ ਖਾਣਾ ਖਾਣ ਮੈਂ ਅਸੀਂ ਨਾਲ ਫਰੈਂਡ ਸੀਗੇ ਅਤੇ ਥੋੜ੍ਹੀ ਉਸ ਟਾਈਮ ਰੋਡ ਵੀ ਉੱਦਾਂ ਦੀ ਸੀ ਆਸਟ੍ਰੇਲੀਅਨ ਬੇਕਰੀ ਵਾਲੀ ਸਾਈਡ 'ਤੇ ਯਕਦਮ ਈ ਰਿਕਸ਼ਾ ਜਿਹੜਾ ਅੱਗੇ ਆ ਗਿਆ ਜਦੋਂ ਆਪਾਂ ਪਹੁੰਚਾਉਂਦੇ ਪਹੁੰਚਾਉਂਦੇ ਜਿਹੜੀ ਸਾਈਡ ਲੱਗ ਗਈ ਚਲੋ ਉਹ ਨੁਕਸਾਨ ਹੋਇਆ ਵਾ ਗੱਡੀ ਅੱਗੇ ਵੱਜ ਗਈ ਆ ਖੰਭੇ ਦੇ ਵਿੱਚ ਜੋ ਬਿਜਲੀ ਬੋਰਡ ਵਾਲਿਆਂ ਦਾ ਨੁਕਸਾਨ ਹੋਇਆ ਆਪਾਂ ਭਰ ਦਾਂਗੇ ਜੋ ਉਹਦਾ ਵੀ ਇਲਾਜ ਜਿਹੜਾ ਆਪਾਂ ਕਰਵਾ ਰਹੇ ਹਾਂ ਅਸੀਂ ਦਿੱਤਾ ਹੋਏਗਾ ਉਹਦਾ ਆਪਾਂ ਕਰਨ ਪਿਆ ਰਾਤ 7:24 ਨੂੰ ਮੈਨੂੰ ਰਾਤ ਪ੍ਰਬੋਧ ਚੰਦਰ ਨਗਰ ਤੋਂ ਖਪਤਕਾਰਾਂ ਦਾ ਫੋਨ ਗਿਆ ਕਿ ਸਾਡਾ ਟ੍ਰਾਂਸਫਾਰਮ ਜਿਹੜਾ ਪ੍ਰਬੋਧ ਚੰਦਰ ਵਾਲਾ 100 KVA ਕਿਸੇ ਕਾਰ ਵੱਲੋਂ ਟੱਕਰ ਮਾਰ ਕੇ ਟ੍ਰਾਂਸਫਾਰਮ ਅਤੇ ਨਾਲ ਹੋਰ 3 ਪੋਲ ਜਿਹੜੇ ਉਹ ਤੋੜ ਦਿੱਤੇ ਗਏ ਨੇ ਮੈਂ ਆ ਕੇ ਮੌਕਾ ਚੈੱਕ ਕੀਤਾ ਇਸ ਦੀ ਸੂਚਨਾ ਤੁਰੰਤ SGO ਸਾਹਿਬ ਨੂੰ ਦਿੱਤੀ ਮਹਿਕਮੇ ਦਾ ਇਸ ਕਾਰ ਦੇ ਐਕਸੀਡੈਂਟ ਨਾਲ ਮਹਿਕਮੇ PSPCL ਦਾ ਘੱਟ ਤੋਂ ਘੱਟ 3.5 ਲੱਖ ਰੁਪਏ ਦਾ ਨੁਕਸਾਨ ਹੋਇਆ ਅਤੇ 2 ਮਹੱਲਿਆਂ ਦੀ ਬਿਜਲੀ ਪ੍ਰਭਾਵਿਤ ਹੋਈ ਹੈ ਜੋ ਕਿ ਜੈਂਪਰ ਕੱਟ ਕੇ ਬਾਕੀ ITI ਫੀਡਰ ਜਿਹੜਾ ਚਾਲੂ ਕਰ ਦਿੱਤਾ ਗਿਆ 2 ਟ੍ਰਾਂਸਫਾਰਮ ਬੰਦ ਨੇ ਉਹ ਮੁਲਾਜ਼ਮ ਆਪਣੀ ਜਦੋਜਹਿਦ ਕਰਕੇ ਅੱਜ ਜਿਹੜੀ ਸ਼ਾਮ ਤੱਕ ਉਹਨਾਂ ਦੀ ਬਿਜਲੀ ਬਹਾਲ ਕੀਤੀ ਜਾਵੇਗੀ ਬਾਕੀ ਜਿਹੜਾ ਉਹਦਾ ਟ੍ਰਾਂਸਫਾਰਮ ਦਾ ਜਿਹੜਾ ਉਹ ਡਿਪਾਜ਼ਿਟ ਅਨੁਮਾਨ ਬਣਾ ਕੇ ਐਕਸੀਡੈਂਟ ਪਾਰਟੀ ਕੋਲੋਂ ਜਿਹੜਾ ਉਹ ਖਰਚਾ ਮਹਿਕਮੇ ਦੀ ਪੂਰਤੀ ਕੀਤੀ ਜਾਵੇ ਇਹ ਨੁਕਸਾਨ ਦੀ ਪੂਰਤੀ ਵਾਸਤੇ ਜਿਹੜੀ ਹੈਗੀ ਆ ਥਾਣੇ ਵੀ ਇਹਦੀ ਰਿਪੋਰਟ ਦਰਜ ਕਰਵਾਈ ਗਈ ਹੈ ਬਸ ਧੰਨਵਾਦ ਸਰ ਇਹਦੇ ਕੋਈ ਨੁਕਸਾਨ ਕੋਈ ਹੋਰ ਮਨੋਜ ਗੱਡੀ ਵਾਲਿਆਂ ਦਾ ਗੱਡੀ ਸਾਰੀ ਭੱਜ ਚੁੱਕੀ ਆ ਮਹਿੰਦਰਾ ਦੀ SUV 700 ਗੱਡੀ ਆ ਤੇ ਇਹਦਾ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਲਾਗੇ ਇੱਕ 3-wheeler ਦਾ ਰੋਡ ਤੇ ਜਾਂਦੇ ਉਹਦੇ ਨਾਲ ਵੀ ਇਹ ਸਰ ਗੱਡੀ ਕਿਧਰੋਂ ਆ ਰਹੀ ਸੀ ਗੱਡੀ ਦੱਸਣ ਮੁਤਾਬਕ ਲਾਗੇ ਖਪਤਕਾਰਾਂ ਦੇ ਗੁਰਦਾਸਪੁਰ ਸਾਈਡ ਤੋਂ ਗੱਡੀ ਵੀ ਤੇ ਟੈਂਪੂ ਦੋਵੇਂ ਗੁਰਦਾਸਪੁਰ ਸਾਈਡ ਤੋਂ ਆ ਰਹੇ ਸੀ ਤੇ ਕੋਈ 50 ਤੋਂ 60 ਮੀਟਰ ਪਿੱਛੇ ਐਕਸੀਡੈਂਟ ਹੋਇਆ ਮੁੜ ਕੇ ਕਾਬੂ 'ਚ ਹੋ ਕੇ ਗੱਡੀਆਂ ਆ ਕੇ ਬਿਜਲੀ ਦੇ ਖੰਭਿਆਂ ਨਾਲ ਵੱਜੀਆਂ ਨੇ ਜਿਹਦੇ ਨਾਲ ਬਿਜਲੀ ਬੋਰਡ ਦਾ ਨੁਕਸਾਨ ਹੋਇਆ